ਤਾਂ ਮੈਂ ਪੰਥਕ ਨਹੀਂ ਹੈ ਕਿ ਮੈਨੂੰ ਪੰਥਕ ਦਾ ਸਰਟੀਫਿਕੇਟ ਚਾਹੀਦਾ ਕਿਤੇ। ਹਾਂਜੀ ਉਹ ਜਿਹੜਾ ਜੰਮ ਜੰਮ ਕੇ ਜਿਹੜਾ ਮਰਜ਼ੀ ਕੋਈ ਇਲੈਕਸ਼ਨ ਲੜੇ ਮੈਂ ਤਾਂ ਨਹੀਂ ਕਹਿੰਦਾ। ਹਾਂਜੀ ਇੱਥੇ ਤਾਂ ਪੰਥਕ ਉਹ ਕਾਂਗਰਸ ਵਾਲੇ ਵੀ ਕਹੀ ਜਾਂਦਾ, ਉਹ ਜੀਰਾ ਜਿਹਾ ਮੈਂ ਪੰਥਕ ਹੈ। ਹਾਂਜੀ ਮੈਂ ਕਿਸੇ ਦੇ ਉੱਤੇ ਕਿੰਤੂ ਪਰੰਤੂ ਨਹੀਂ ਕਰਦਾ, ਕੋਈ ਕੌਣ ਆ ਕੌਣ ਨਹੀਂ ਕਿਹੜਾ ਇਲੈਕਸ਼ਨ ਲੜਦਾ, ਮੇਰੇ ਹੱਥ ਸਾਰੇ ਇੱਕੋ ਜਿਹਾ। ਚਲੋ ਸਾਡਾ ਬੱਚਿਆਂ ਵਰਗਾ ਆ, ਛੋਟਾ ਆ ਵੀਰ ਕਹਿ ਲਓ, ਛੋਟਾ ਬੱਚਾ ਕਹਿ ਲਓ ਸਾਡੇ ਵਾਸਤੇ। ਹਾਂਜੀ ਉਹ ਇਲੈਕਸ਼ਨ ਲੜਨਾ ਚਾਹੁੰਦਾ ਤੁਸੀਂ ਜੰਮ ਜੰਮ ਕੇ ਲੜੇ, ਉਸ ਗੱਲ ਤਾਂ ਮੈਨੂੰ ਤਾਂ ਕੋਈ ਤਰ੍ਹਾਂ ਨਹੀਂ। ਕਿਉਂ ਇਹ ਤਾਂ ਉਹਨਾਂ ਨੂੰ ਪੁੱਛੋ ਕਿਉਂ ਗਏ, ਮੈਨੂੰ ਕੀ ਬਤਾਇਆ ਇਹਦੇ ਬਾਰੇ। ਮੈਂ ਤਾਂ ਬਥੇਰੇ ਪੈਂਕਟ ਪਾਉਂਦਾ ਰਿਹਾ ਉਹਨਾਂ ਨੂੰ, ਹਾਂਜੀ ਵੀ ਨਾ ਜਾਓ ਨਾ ਜਾਓ, ਇਹਨਾਂ ਗੱਲਾਂ ਦਾ ਕੋਈ ਫਾਇਦਾ ਨਹੀਂ ਜੇ। ਸਾਹ ਤਲਵੀਰ ਸਿੰਘ ਗਿੱਲ ਮੇਰਾ ਬੱਚਿਆਂ ਵਰਗਾ, ਮੈਂ ਹੀ ਸਿਆਸਤ 'ਚ ਲੈ ਕੇ ਆਇਆ ਸੀਗਾ ਸਭ ਤੋਂ ਪਹਿਲਾਂ। ਅਤੇ ਸਾਹ ਸੁਖਬੀਰ ਸਿੰਘ ਬਾਦਲ ਰੋਡ ਸ਼ੋਅ ਕੱਢਦੇ ਸੀ ਅੰਮ੍ਰਿਤਸਰ 'ਚ, ਵੜਦੇ ਸੀ ਅਤੇ ਸਾਹ ਸੁਖਬੀਰ ਸਿੰਘ ਬਾਦਲ ਦੇ ਨਾਲ ਜੇ ਕੋਈ ਗੱਡੀ 'ਚ ਬਹਿੰਦਾ ਸੀਗਾ ਛੱਤ 'ਤੇ ਚੜ੍ਹਦਾ ਸੀਗਾ ਰੋਡ ਸ਼ੋਅ ਦੇ ਵਿੱਚ, ਤਲਵੀਰ ਸਿੰਘ ਗਿੱਲ ਐਂ ਸੱਜੇ ਹੱਥ ਖੜਾਉਂਦਾ ਸੀਗਾ। ਅਤੇ ਪਰਸੋਂ ਮੇਰਾ ਖਿਲਾ ਇੱਥੇ ਕੱਢ ਕੇ ਗਿਆ ਭਗਵੰਤ ਮਾਨ, ਅਤੇ ਵਿਚਾਰਾ ਨੁਕਰੇ ਲੱਗਾ ਸੀਗਾ। ਹਾਂਜੀ ਉਹਦੇ ਵੱਲ ਝਾਕਿਆ ਵੀ ਨਹੀਂ ਗਿਆ ਭਗਵੰਤ ਮਾਨ। ਹੁਣ ਕੀ ਕਰੀਏ, ਹੁਣ ਬੜਾ ਬਥੇਰਾ ਸਮਝਾਇਆ ਕਿ ਬੁੱਕਤ ਜਿਹੜੀ ਆਪਦੇ ਘਰ ਹੁੰਦੀ ਜੇ। ਸਾਡੀ ਜਿਹੜੀ ਸਮੁੱਚੀ ਟੀਮ ਹੈ ਉਹ ਸੰਭਾਲ ਰਹੀ ਹੈ, ਬਹੁਤ ਵਧੀਆ ਚੋਣ ਚੱਲ ਰਹੀ ਹੈ। ਔਰ ਜੇ ਮੈਂ ਮੋਟੇ ਜਿਹੇ ਰੂਪ 'ਚ ਗੱਲ ਕਹਿ ਲਵਾਂ ਕਿ ਐਤਕੀ ਠੱਗੀ ਨਹੀਂ ਚੱਲਣੀ, ਅਤੇ ਨਾ ਠੱਗੀ ਚੱਲਣ ਦੇਣੀ ਹੈ, ਨਾ ਪੰਥ ਦੇ ਨਾਂ 'ਤੇ, ਨਾ ਧਰਮ ਦੇ ਨਾਂ 'ਤੇ, ਅਤੇ ਨਾ ਜਿਹੜਾ ਆ ਜਿਹੜੇ ਪੰਜਾਬ ਨੂੰ ਸਭ ਜਵਾਕ ਵਿਖਾ ਕੇ ਲੋਕਾਂ ਨੂੰ ਗੁੰਮਰਾਹ ਕਰਕੇ ਝੂਠ ਬੋਲ ਕੇ ਠੱਗੀ ਮਾਰਦੇ ਸੀ, ਹੁਣ ਚੱਲਣ ਨਹੀਂ ਦੇਣੀ। ਭਾਵੇਂ ਇਹ ਲੋਕ ਸਮਝਣ ਲੱਗ ਪਏ ਨੇ, ਪਰ ਫਿਰ ਵੀ ਜਿਹੜਾ ਆ ਲੋਕਾਂ ਨੂੰ ਜਾਗਰੂਕ ਕਰਨਾ ਪੈਂਦਾ, ਅਤੇ ਲੋਕ ਹੁਣ ਉਹ ਸਾਰੀ ਗੱਲ ਸਮਝ ਕੇ ਜਿਹੜਾ ਆ ਅਜਿਹੀਆਂ ਸ਼ਕਤੀਆਂ ਤੋਂ ਜਿਹੜਾ ਆ ਉਹ ਹੁਣ ਪਾਸਾ ਵੱਟ ਰਹੇ ਨੇ, ਅਤੇ ਸੱਚ ਵਾਲੇ ਪਾਸੇ ਨੂੰ ਜਿਹੜਾ ਆ ਸੱਚ ਦਾ ਸਾਥ ਦੇ ਰਹੇ। ਅਤੇ ਅਸੀਂ ਵੀ ਚਾਹੁੰਦੇ ਹਾਂ ਕਿ ਸੱਚ ਜਿੱਤੇ, ਝੂਠ ਨਾ ਜਿੱਤੇ, ਅਤੇ ਇਸ ਗੱਲ ਦਾ ਮਾਣ ਹੈ ਕਿ ਸੱਚ ਸਾਡੇ ਪੱਲੇ ਹੈ। ਕਿਹੜੇ ਕਿਹੜੇ ਮੁੱਦੇ ਆ ਜੀ? ਨਹੀਂ ਮੁੱਦੇ ਤਾਂ ਦੇਖੋ, ਮੁੱਦੇ ਤਾਂ ਮੇਰਾ ਖਿਆਲ ਜਿਹੜੀ ਇਲੈਕਸ਼ਨ ਇਹ ਵੀ ਹੈ ਬੜੀ ਐਤਕੀ ਇਲੈਕਸ਼ਨ ਵਿਸ਼ੇਸ਼ ਹੈ, ਪਰ ਮੁੱਦੇ ਜਿਹੜੇ ਆ ਦੱਬ ਕੇ ਰਹਿ ਗਏ। ਅਤੇ ਮੁੱਦੇ ਤਾਂ ਦੇਖੋ, ਮੇਰਾ ਤਾਂ ਸਭ ਤੋਂ ਪਹਿਲਾ ਮੁੱਦਾ ਜਿਹੜਾ ਅਹਿਮ ਹੈ, ਜਿਹੜਾ ਮੇਰਾ ਟੀਚਾ ਆ ਕਿ ਮੈਂਬਰ ਪਾਰਲੀਮੈਂਟ ਬਣਨ ਤੋਂ ਬਾਅਦ ਜਿਹੜਾ ਸਾਡੇ ਸਾਰੇ ਪੰਜਾਬੀਆਂ ਦਾ ਸਾਂਝਾ ਮੁੱਦਾ ਆ ਉਹ ਮੁੱਦਾ ਹੈਗਾ ਬੰਦੀ ਸਿੰਘਾਂ ਦੀ ਰਿਹਾਈ ਦਾ, ਜਿਨ੍ਹਾਂ ਦੇ ਜਿਹੜੇ ਮਨੁੱਖੀ ਅਧਿਕਾਰ ਜਿਹੜੇ ਉਹਨਾਂ ਦੇ ਹੱਕ ਨੇ ਉਹ ਵੀ ਅੱਜ ਖੋਏ ਜਾ ਰਹੇ ਨੇ, ਔਰ ਦੂਣੀ ਦੂਣੀ ਉਹਨਾਂ ਸਜ਼ਾ ਭੁਗਤ ਲਈ ਹੈ, ਅਤੇ ਸਰਕਾਰਾਂ ਨਹੀਂ ਛੱਡਣੀਆਂ, ਬੜੀ ਵੱਡਾ ਬੇਇਨਸਾਫੀ ਹੈ। ਫਿਰ ਕਿਸਾਨੀ ਦੇ ਮਸਲੇ ਹੈ, ਫਿਰ ਮਜ਼ਦੂਰਾਂ ਦੇ ਮਸਲੇ ਹੈ, ਨਰੇਗਾ ਦੇ ਮਸਲੇ ਹੈ, ਰਾਸ਼ਨ ਦੇ ਮਸਲੇ ਹੈ, ਨੀਲੇ ਕਾਰਡਾਂ ਦੇ ਮਸਲੇ ਹੈ, ਹਾਂਜੀ ਮੁਲਾਜ਼ਮਾਂ ਦੇ ਮਸਲੇ ਹੈ, ਵਪਾਰੀਆਂ ਦੇ ਮਸਲੇ ਹੈ, ਨਸ਼ੇ ਦਾ ਮਸਲਾ ਜਿਹੜਾ ਸਭ ਤੋਂ ਗੰਭੀਰ ਹੈ, ਜਿਹਦੇ ਬਾਰੇ ਸਾਰੀਆਂ ਸਰਕਾਰਾਂ ਨੂੰ ਚਿੰਤਤ ਹੋਣਾ ਚਾਹੀਦਾ ਹੈ, ਕੋਈ ਨੀਤੀ ਬਣਾਉਣੀ ਚਾਹੀਦੀ, ਖਾਸ ਕਰਕੇ ਕੇਂਦਰ ਸਰਕਾਰ ਜਿਹਨੇ ਕਿ ਇਸ ਮਸਲੇ ਨੂੰ ਮੇਰਾ ਖਿਆਲ ਕਦੇ ਸੰਜੀਦਗੀ ਦੇ ਨਾਲ ਇਹਦੇ ਉੱਤੇ ਬਹਿਸ ਹੀ ਨਹੀਂ ਹੋਈ ਕਿ ਕੇਂਦਰ ਸਰਕਾਰ ਦਾ ਵੀ ਇਹਨੂੰ ਰੋਕਣ ਦੇ ਵਿੱਚ ਬਹੁਤ ਵੱਡਾ ਰੋਲ ਹੋ ਸਕਦਾ ਆ, ਉਹਦਾ ਫਰਜ਼ ਬਣਦਾ ਆ ਉਸ ਚੀਜ਼ ਨੂੰ ਜਿਹੜਾ ਹੱਲ ਕਰਾਉਣ ਵਾਸਤੇ, ਉਹਦੇ ਬਾਰੇ ਠੋਸ ਨੀਤੀ ਬਣਾਉਣ ਵਾਸਤੇ ਆਪਣਾ ਇੱਕ ਰੋਲ ਅਦਾ ਕਰਾਂਗੇ, ਔਰ ਪੰਜਾਬ ਦੀ ਬਿਹਤਰੀ ਵਾਸਤੇ ਜਿਹੜਾ ਅਟਾਰੀ ਵਾਹਗਾ ਬਾਰਡਰ ਹੈ ਜਿੱਥੋਂ 1947 ਤੋਂ ਬਾਅਦ ਜੇ ਵਪਾਰ ਚੱਲਦਾ ਸੀ ਤਾਂ ਉੱਥੋਂ ਚੱਲਦਾ ਸੀਗਾ, ਆਸਤਾ ਆਸਤਾ ਉਹ ਬਿਲਕੁਲ ਬੰਦ ਕਰ ਦਿੱਤਾ ਗਿਆ, ਉਹਨੂੰ ਵੱਡੇ ਪੱਧਰ 'ਤੇ ਚਾਲੂ ਕੀਤਾ ਜਾਵੇ ਤਾਂ ਕਿ ਸਾਡਾ ਪੰਜਾਬ ਜਿਹੜਾ ਆ ਖੁਸ਼ਹਾਲ ਹੋ ਸਕੇ, ਸਾਡੇ ਲੋਕਾਂ ਨੂੰ ਰੁਜ਼ਗਾਰ ਮਿਲ ਸਕੇ, ਅਤੇ ਲੋਕਾਂ ਦੀਆਂ ਜਿਹੜੀਆਂ ਜਿਨਸਾਂ ਨੇ, ਫਲ ਫਰੂਟ ਹੈ, ਸਬਜ਼ੀਆਂ ਨੇ, ਉਹ ਇਹਨਾਂ ਦੇਸ਼ਾਂ ਦੇ ਵਿੱਚ ਜਾਣ ਅਤੇ ਮਹਿੰਗੀਆਂ ਵਿਕਣ। ਔਰ ਨਾਲ ਹੀ ਮੇਰਾ ਇੱਕ ਹੈ ਕਿ ਪੰਜਾਬ ਤਰੱਕੀ ਤਦ ਕਰੂ ਜੇ ਇੱਥੇ ਅਮਨ, ਸ਼ਾਂਤੀ, ਚੈਨ ਅਤੇ ਹਰ ਪਾਸੇ ਖੁਸ਼ੀ ਹੋਊਗੀ, ਔਰ ਜਿਹੜੀ ਭਾਈਚਾਰਕ ਸਾਂਝ ਹੈ, ਜਿਹੜੀਆਂ ਬੜੀਆਂ ਕੋਸ਼ਿਸ਼ਾਂ ਚੱਲਦੀਆਂ ਨੇ ਏਜੰਸੀਆਂ ਦੀਆਂ, ਕਈ ਜਿਹੜੇ
ਪੰਜਾਬ ਵਿਰੋਧੀ ਨੇ, ਪੰਥ ਵਿਰੋਧੀ ਨੇ, ਕਿ ਇੱਥੇ ਕਿਸੇ ਨਾ ਕਿਸੇ ਤਰ੍ਹਾਂ ਜਿਹੜੇ ਹਾਲਾਤ ਨੇ ਕੁੜੱਤਣ ਵਾਲੇ ਪੈਦਾ ਕੀਤੇ ਜਾਣ। ਅਤੇ ਮੇਰੀ ਇੱਕੋ ਸੋਚ ਹੈ ਕਿ ਪੰਥ ਅਤੇ ਪੰਜਾਬ ਅਤੇ ਪੰਜਾਬੀ ਜਿਹੜੇ ਆ ਸਾਰੇ ਇਕੱਠੇ ਹੋ ਕੇ ਚੱਲਣ, ਭਾਈਚਾਰਕ ਸਾਂਝ ਜਿਹੜੀ ਹੈ ਅਜਿਹੀ ਪੀੜ੍ਹੀ ਹੋਣੀ ਚਾਹੀਦੀ ਹੈ, ਮਜ਼ਬੂਤ ਹੋਣੀ ਚਾਹੀਦੀ ਹੈ, ਤਾਂ ਕਿ ਜਿਹੜਾ ਪੰਜਾਬ ਦੀ ਖੁਸ਼ਹਾਲੀ ਵਿੱਚ ਅਸੀਂ ਸਾਰੇ ਰਲ ਮਿਲ ਕੇ ਹਿੱਸਾ ਪਾ ਸਕੀਏ। ਜਿਵੇਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ, ਖਾਲਸਾ ਸਰਕਾਰ ਦੇ ਵਿੱਚ, ਸਿੱਖਾਂ ਦੇ ਰਾਜ ਭਾਗ ਦੇ ਵਿੱਚ ਸਿੱਖ ਬਹੁਤ ਛੋਟੀ ਗਿਣਤੀ ਵਿੱਚ ਸੀ, ਅਤੇ ਜਿਹਦੇ ਵਿੱਚ ਸਭ ਤੋਂ ਵੱਡੀ ਗਿਣਤੀ ਜਿਹੜੀ ਮੁਸਲਿਮ ਭਾਈਚਾਰੇ ਦੀ ਸੀ, ਅਤੇ ਦੂਜੇ ਨੰਬਰ 'ਤੇ ਹਿੰਦੂ ਭਾਈਚਾਰਾ ਸੀਗਾ। ਅਤੇ ਸਾਰੇ ਸਮਝਦੇ ਸੀ ਕਿ ਸਾਡੀ ਸਰਕਾਰ ਹੈ, ਉਹ ਵੀ ਸਮਝਦੇ ਸਾਡੀ ਸਰਕਾਰ ਹੈ। ਅਤੇ ਇਸ ਕਰਕੇ ਜਿਹੜਾ ਆ ਇਹ ਤਰ੍ਹਾਂ ਦਾ ਇੱਥੇ ਵਾਤਾਵਰਨ ਬਣਨਾ ਚਾਹੀਦਾ ਕਿ ਇਹ ਧਰਤੀ ਜਿਹੜੀ ਗੁਰੂਆਂ ਦੀ ਧਰਤੀ ਹੈ, ਪੰਜਾਬ ਜਿਉਂਦਾ ਗੁਰਾਂ ਦੇ ਨਾਂ 'ਤੇ ਹੈ, ਅਤੇ ਜੇ ਗੁਰਾਂ ਦੇ ਨਾਂ 'ਤੇ ਜਿਉਂਦਾ ਤਾਂ ਫਿਰ ਨਾਨਕ ਨਾਮ ਚੜ੍ਹਦੀ ਕਲਾ ਅਤੇ ਤੇਰੇ ਭਾਣੇ ਸਰਬੱਤ ਦਾ ਭਲਾ।